ਆ ਵੇਖੋ ਦੋਸਤੋ, ਪਾਕਿਸਤਾਨ ਦੇ ਜੁਗਾੜ ਤੇ ਆ ਵੇਖੋ ਪਾਣੀ ਆਉਣ ਡਿਆ ਉੱਤੋਂ ਛੱਪਰੇ ਤੋਂ, ਗੱਟੂ ਤੇ ਪਾਣੀ ਆਉਣ ਡਿਆ ਤੇ ਗੱਟੂ ਤੋਂ ਪਾਣੀ ਆ ਵੇਖ ਲਓ ਥੱਲੇ ਜਾਣ ਡਿਆ। ਇਹ ਇਮਰਾਨ ਦਾ ਪਾਕਿਸਤਾਨੀ ਜੁਗਾੜ ਹੈ, ਪਾਕਿਸਤਾਨੀ ਜੁਗਾੜ ਕੱਢਦੇ ਰਹਿੰਦੇ। ਇਹਦੇ ਉੱਤੇ ਪਾਣੀ ਆਉਂਦਾ ਰਹਿੰਦਾ ਸੀਗਾ, ਇਹਨੇ ਇਹ ਜੁਗਾੜ ਪੱਲੀ ਵਾਲਾ ਕੱਢ ਲਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮੁ ਅਲੈਕੁਮ ਦੋਸਤੋ, ਮੈਂ ਮੁਦੱਸਰ ਅਲੀ ਤੇ ਤੁਸੀਂ ਵੇਖਣਾ ਯੂਟਿਊਬ ਚੈਨਲ ਸੰਧੂ ਵਲੌਗਸ। ਦੋਸਤੋ, ਅੱਜ ਦਾ ਜਿਹੜਾ ਵੀ ਦਿਨ ਜਿੱਦਾਂ ਵੀ ਗੁਜ਼ਰੂਗਾ, ਅੱਜ ਫਿਰ ਤੁਹਾਡੇ ਨਾਲ ਅੱਜ ਦਾ ਵਲੌਗ ਸ਼ੇਅਰ ਕਰਾਂਗੇ, ਅੱਜ ਦਾ ਸਾਰਾ ਦਿਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਮਜ਼ੇਦਾਰ ਵੀਡੀਓ। ਦੋਸਤੋ, ਅੱਜ ਦਾ ਦਿਨ ਜਿੱਦਾਂ ਵੀ ਗੁਜ਼ਰੂਗਾ, ਜੋ ਕੁਛ ਵੀ ਹੋਊਗਾ, ਅੱਜ ਜੋ ਕੁਛ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਸਾਡੇ ਯੂਟਿਊਬ ਚੈਨਲ ਸੰਧੂ ਵਲੌਗਸ ਨੂੰ ਸਬਸਕ੍ਰਾਈਬ ਕਰ ਲਓ ਫਿਰ ਸ਼ੁਰੂ। ਤੋ ਅੱਜ ਦਾ ਸਾਰਾ ਦਿਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਵੀ ਹੋਊਗੀ। ਅੱਜ ਛੋਟੀ ਬਾਰਿਸ਼ ਸ਼ੁਰੂ ਆ ਅਤੇ ਮੈਂ ਹੁਣ ਚੱਲਿਆ ਬਾਹਰ, ਵੇਖਦੇ ਹਾਂ ਅੱਜ ਕੀ ਕਰਦੇ ਹਾਂ। ਅੱਜ ਆਪਣੇ ਦੋਸਤਾਂ ਕੋਲ ਚੱਲਿਆ ਵਾਂ ਬਾਹਰ। ਹਲਕੀ ਹਲਕੀ ਰਿਮ ਜਿਮ ਸ਼ੁਰੂ ਆ ਬਾਰਿਸ਼। ਸਾਡੇ ਘਰ ਪਾਣੀ ਖੜ੍ਹਾ, ਆਹ ਵੇਖੋ ਪਾਣੀ ਖੜ੍ਹਾ, ਬਾਰਿਸ਼ ਸ਼ੁਰੂ ਆ, ਬਾਰਿਸ਼ ਰਾਤ ਦੀ ਹੋਣ ਡਈ ਮੇਰੇ ਖਿਆਲ 'ਚ। ਵੇਖੋ ਮੌਸਮ ਕਿੰਨਾ ਪਿਆਰਾ ਬਣਿਆ ਖੜ੍ਹਾ, ਮੌਸਮ ਇੰਜੋਏ ਕਰਨ ਡਿਆ। ਅਤੇ ਹੁਣ ਮੈਂ ਚੱਲਿਆ ਬਾਹਰ, ਸੋਲੰਗ ਹੋਣ ਲੱਗਾ। ਇੱਥੇ ਮਿੱਟੀ ਪੈ ਗਈ ਆ, ਇੱਥੇ ਸੋਲੰਗ ਬਣਨਾ ਹੈ। ਵੇਖੋ ਹਰ ਤਰਫ ਮਿੱਟੀ ਪੈ ਗਈ ਆ, ਸੋਲੰਗ ਬਣਨਾ। ਮੈਂ ਜਾ ਰਿਹਾ ਆਪਣੇ ਦੋਸਤਾਂ ਕੋਲ। ਅੱਜ ਸਾਰਾ ਦਿਨ ਆਪਣੇ ਦੋਸਤਾਂ ਨਾਲ ਮੈਨੂੰ ਲੱਗਦਾ ਸ਼ੇਅਰ ਕਰਾਂਗੇ, ਦੋਸਤਾਂ ਨਾਲ ਦਿਹਾੜੀ ਗੁਜ਼ਾਰਾਂਗੇ। ਅੱਜ ਕ੍ਰਿਕਟ ਤਾਂ ਨਹੀਂ ਖੇਡ ਸਕਦੇ, ਅਜੇ ਬਾਰਿਸ਼ ਰਿਮ ਜਿਮ ਹਲਕੀ ਹਲਕੀ, ਆਪਦ ਅਜੇ ਨਹੀਂ ਖੇਡਣ ਡਿਆ ਮੇਰੇ ਨਾਲ। ਆਪਦ ਕਹਿੰਦਾ ਮੈਂ ਨਹੀਂ ਅਜੇ ਖੇਡਣਾ, ਸਰਦੀ ਆ, ਇਸ ਤੋਂ ਮੈਂ ਚਾਦਰ ਲਈ ਹੈ। ਅਤੇ ਦੋਸਤੋ, ਅੱਜ ਦਾ ਸਾਰਾ ਦਿਨ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜੋ ਵੀ ਅੱਜ ਦੀ ਵੀਡੀਓ ਹੋਊਗੀ ਸਾਰਾ ਤੁਹਾਨੂੰ ਸ਼ੇਅਰ ਕਰਾਂਗੇ। ਅਤੇ ਅੱਜ ਅਸੀਂ ਆਏ ਹਾਂ ਆਪਣੇ ਦੋਸਤਾਂ ਕੋਲ, ਆਹ ਵੇਖੋ ਪਾਕਿਸਤਾਨੀ ਜੁਗਾੜ, ਵੇਖੋ ਇਮਰਾਨ ਦਾ, ਇਹ ਵੇਖੋ ਬਾਰਿਸ਼ ਦਾ ਪਾਣੀ ਇੱਥੋਂ ਗੱਟੂ ਦੇ ਉੱਤੋਂ ਆਉਣਾ ਸਿੱਧਾ ਥੱਲੇ। ਉਹ ਆਉਂਦਾ ਹੀ ਆਹ ਵੇਖੋ ਬਾਰਿਸ਼ ਦਾ ਪਾਣੀ। ਅਤੇ ਆਹ ਵੇਖੋ ਦੋਸਤੋ, ਪਾਕਿਸਤਾਨ ਦੇ ਜੁਗਾੜ, ਇਹ ਆਹ ਵੇਖੋ ਪਾਣੀ ਆਉਣ ਡਿਆ ਉੱਤੋਂ ਛੱਪਰੇ ਤੋਂ, ਗੱਟੂ ਤੇ ਪਾਣੀ ਆਉਣ ਡਿਆ ਤੇ ਗੱਟੂ ਤੋਂ ਪਾਣੀ ਆਹ ਵੇਖ ਲਓ ਥੱਲੇ ਜਾਣ ਡਿਆ। ਇਹ ਇਮਰਾਨ ਦਾ ਪਾਕਿਸਤਾਨੀ ਜੁਗਾੜ ਹੈ, ਪਾਕਿਸਤਾਨੀ ਜੁਗਾੜ ਕੱਢਦੇ ਰਹਿੰਦੇ। ਇਹਦੇ ਉੱਤੇ ਪਾਣੀ ਆਉਂਦਾ ਰਹਿੰਦਾ ਸੀਗਾ, ਇਹਨੇ ਇਹ ਜੁਗਾੜ ਪੱਲੀ ਵਾਲਾ ਕੱਢ ਲਿਆ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਜੁਗਾੜ ਦੇਸੀ ਅਸੀਂ ਕਿਉਂ ਕੀਤਾ ਵਾ। ਆਹ ਇਮਰਾਨ ਖੜਾ ਵਾ, ਇਹਨੇ ਗੋਸ਼ਤ ਬਣਾਉਣਾ ਹੁੰਦਾ ਇੱਥੇ ਕੜੋ ਕੇ, ਅਤੇ ਸਾਰਾ ਪਾਣੀ ਜਿਹੜਾ ਇਹ ਛੱਪਰਾ 'ਚ ਆਉਂਦਾ ਵਾ, ਪਾਣੀ ਸਾਰਾ ਥੱਲੇ ਜਾਂਦਾ ਸੀ, ਗੋਸ਼ਤ ਬਣਾਉਣ ਡਿਆ ਹੁੰਦਾ ਸੀ, ਇਹਦੇ ਉੱਤੇ ਆਉਂਦਾ ਸੀ ਪਾਣੀ ਸਾਰਾ, ਅਤੇ ਜੁਗਾੜ ਕੀਤਾ ਵਾ, ਅਤੇ ਸਾਰਾ ਪਾਣੀ ਸਾਈਡ 'ਤੇ ਥੱਲੇ ਜਾਂਦਾ। ਅਤੇ ਅੱਜ ਤੁਹਾਨੂੰ ਉਹ ਪਾਰਕ ਵਿਖਾਉਂਦੇ ਜਿੱਥੇ ਅਸੀਂ ਸ਼ਾਮ ਨੂੰ ਬਹਿ ਕੇ ਗੱਪਾਂ ਲਾਉਂਦੇ ਹਾਂ ਅਤੇ ਇੰਜੋਏ ਕਰਦੇ ਹਾਂ। ਇਹ ਸਾਰੇ ਮੇਰੇ ਦੋਸਤ ਖੜ੍ਹੇ ਆ ਜੀ। ਦੋਸਤੋ ਆਹ ਵੇਖੋ ਸਾਡੀ ਖੂਬਸੂਰਤ ਪਾਰਕ, ਬਿਊਟੀਫੁੱਲ ਖੂਬਸੂਰਤ ਪਾਰਕ ਆ ਸਾਡੀ, ਬਹੁਤ ਅੱਛੀ। ਇੱਥੇ ਅਸੀਂ ਇੰਜੋਏ ਕਰਦੇ ਰਹਿੰਦੇ ਹਾਂ, ਅਸਰ ਤੋਂ ਬਾਅਦ ਇਸੇ ਹੀ ਅਸੀਂ ਬਹਿ ਕੇ ਗਰਮੀਆਂ ਨੂੰ, ਸਰਦੀ ਹੋਏ ਗਰਮੀ ਹੋਏ, ਇੱਥੇ ਇੰਜੋਏ ਕਰੀਦਾ ਵਾ। ਇੱਥੇ ਗੱਪ ਸ਼ੱਪ ਲਾਈ ਦੀ, ਵੇਖੋ ਕਿੰਨਾ ਪਿਆਰਾ ਮਾਹੌਲ ਆ, ਬਹੁਤ ਹੀ ਖੂਬਸੂਰਤ ਪਾਰਕ ਆ ਇਹ। ਇੱਥੇ ਅਸੀਂ ਸਾਰੇ ਫਰੈਂਡਸ ਮਜ਼ੇ ਉਡਾਉਂਦੇ ਰਹਿੰਦੇ, ਇੱਥੇ ਗੱਪਾਂ ਸ਼ੱਪਾਂ ਲਾਈ ਰੱਖੀ ਦੀਆਂ। ਕਿੰਨੀ ਪਿਆਰੀ ਕਲੀ ਲੱਗੀ ਹੈ ਸਾਡਾ, ਅਤੇ ਕਿੰਨਾ ਪਿਆਰਾ ਫੁੱਲ ਲੱਗਾ। ਵੇਖੋ ਇਹ ਛੋਟੀ ਜਿਹੀ ਪਾਰਕ ਬਹੁਤ ਹੀ ਖੂਬਸੂਰਤ ਆ, ਬਹੁਤ ਹੀ ਖੂਬਸੂਰਤ ਆ। ਅਤੇ ਤੁਸੀਂ ਕਮੈਂਟ 'ਚ ਜ਼ਰੂਰ ਦੱਸਣਾ ਕਿ ਪਾਰਕ ਸਾਡੀ ਕਿੱਦਾਂ ਲੱਗੀ ਤੁਹਾਨੂੰ, ਖੂਬਸੂਰਤ ਹੈ ਜਾਂ ਨਹੀਂ। ਇਹ ਸਾਡੀ ਪਾਰਕ ਦੇ ਨਾਲ ਖੂਬਸੂਰਤ ਮਾਹੌਲ ਆ, ਆਹ ਵੇਖੋ ਖੂਬਸੂਰਤ ਮਾਹੌਲ ਸਾਡੀ ਪਾਰਕ ਦੇ ਨਾਲ। ਫੁੱਲ ਖੂਬਸੂਰਤ ਮਾਹੌਲ ਹੈ, ਇਹ ਸਾਡੀ ਛੋਟੀ ਜਿਹੀ ਪਾਰਕ ਅਤੇ ਇਹ ਖੂਬਸੂਰਤ ਮਾਹੌਲ।
जी दोस्तों, हुण मैं लिखण लगा वां। स्कूल दा काम, छुट्टियां दा काम सानूं मिल गया सीगा, बहुत ज़्यादा काम मिलिया छुट्टियां दा, लेकिन हजे तक मैं लिखिया नहीं गा काम। तो हुण मैं सोचिया कि वेला बैठा वां, स्कूल दा काम लिख लवां, ते बाकी जो भी होगा तुहाडे नाल शेयर कीती जाणे वां। मैं ते हुण इस कमरे दे विच मेरा बैग नहीं है, दूसरे कमरे जा ते मैं जाना पहले बैग लै के आउंदा अपना, फिर तुहाडे नाल शेयर करदा कि मैं काम लिखण दिया। ते वेखदे कि कापी का पहले काम लिखिए जो काम लग जाए। फाइनली दोस्तों मैं बैग ले आया हूँ अपना, आ वेखो मेरा बैग, ते हुण लिखदे हैं काम। स्कूल का काम बहुत ज़्यादा मिलिया वा, तो लेकिन मैं सिर्फ अजे इंग्लिश का लिख लिया वा। अज मेरा इरादा बन गया कि बायो का काम लिखते हैं। बायो का 10वीं क्लास च पढ़ता मैं, बायो का बहुत ज़्यादा काम मिलिया वा, तो हुण मैं बायो का काम लिखन लगा। बाबू की दस्ती में, बाबू की दस्ती में यार, वो उथे स्टोर रूम पिया से साढ़े बैग, थोड़ी थोड़ी चौंधी है ते बैग मेरा थोड़ा थोड़ा काम आ गया जा हो गया वा। हुण आज गड़ी गड़ी का ठंडा गिल्ला हो गया। सोने दिया चूड़ियां तू गल्ला करे कूड़ियां, मरदा अरमान है रखी है सा दूरियां, मरदा अरमान है रखी है सा दूरियां। ओ सोने दिया चूड़ियां, जो मजबूरियां तू गल्ला करे कूड़ियां, मरदा अरमान है रखने सा दूरियां, मरदा अरमान है रखने सा दूरियां। ओ सोने दिया चूड़ियां, रपोटा सानू पूरियां तू गल्ला करे कूड़ियां, मरदा अरमान है रखने सा दूरियां, मरदा अरमान है रखने सा दूरियां। ओ सोने दिया चूड़ियां, जो मशहूरियां तू गल्ला करे कूड़ियां, मरे
ਮਿਲਣੇ ਸਾਥੋਂ ਦੂਰੀਆਂ। ਫੁੱਲ ਸਰਦੀ ਆ, ਬਾਰਿਸ਼ ਹੋ ਰਹੀ ਆ, ਰਿਮ ਜਿਮ ਹਲਕੀ ਫੁਲਕੀ ਬਾਰਿਸ਼ ਹੋ ਰਹੀ ਆ। दोस्तों आज हमने काम तो कोई नहीं किया, आपने देखा कि आज हमने क्रिकेट भी नहीं खेल लिया, आज बहुत सर्दी है, लेकिन पठान जो है क्रिकेट खेल रहे हैं, गुल्ली डंडा खेल रहे हैं, चौकी डंडा, हमने क्रिकेट नहीं खेली, आज फुल सर्दी है और व्लॉग मेरा हो गया मुकम्मल। आज के दिन मैंने जो काम भी किया है आपसे शेयर किया है और उम्मीद है आपको हमारी वीडियो अच्छी लगी होगी। अगर हमारी वीडियो अच्छी लगी हो तो हमारे YouTube चैनल संजय व्लॉग्स को ज़रूर सब्सक्राइब करें। फिर मिलेंगे इंशाल्लाह नई वीडियो के साथ, तब तक के लिए अल्लाह हाफिज़।